ਰੌਇਲ ਪੰਜਾਬ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਕਰਦੀਆਂ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਸਿੰਘੇ ਦਾ ਲੇਟੈਸਟ ਰਿਪਲਾਈ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿਹੜਾ ਉਹਨੇ ਪੰਜਾਬੀ 뮤직 ਇੰਡਸਟਰੀ ਦੇ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਨੂੰ ਕੀਤਾ ਵਾ ਦੋਸਤੋ ਸਿੰਘੇ ਨੇ ਅੱਜ ਆਪਣੇ ਸੋਸ਼ਲ ਮੀਡੀਆ ਤੇ ਦੋ ਸਟੋਰੀਆਂ ਸ਼ੇਅਰ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨੇ ਰਿਪਲਾਈ ਕੀਤਾ ਸਿੰਘਾ ਲਿਖਦਾ ਵਾ ਮੇਰਾ ਇੰਨਾ ਦਿਲ ਕਰਦਾ ਕਿ ਲਾਈਵ ਹੋ ਕੇ ਇਨੀਆਂ ਗਾਲਾਂ ਕੱਢਾਂ ਕਿ ਆਪਣੀ ਪੰਜਾਬੀ ਇੰਡਸਟਰੀ ਵਿੱਚੋਂ ਵੀਡੀਓ ਡਾਇਰੈਕਟਰ ਮੂਵੀ ਡਾਇਰੈਕਟਰ ਤੇ ਪ੍ਰੋਡਿਊਸਰ ਨਿਊ ਗਰਲਜ਼ ਨੂੰ ਤਾਂ ਕੰਮ ਦੇ ਦੇਣ ਕਿ ਜਦੋਂ ਉਹਨਾਂ ਦੇ ਨਾਲ ਸੌਣ ਲਈ ਰੈਡੀ ਹੋ ਜਾਣਗੀਆਂ ਵਾਟ ਦਾ ਫੱਕ ਕੋਈ ਕਿਸੇ ਦੇ ਟੈਲੈਂਟ ਐਕਟਿੰਗ ਸਕਿਲਸ ਨੂੰ ਇੰਪੋਰਟੈਂਸ ਨਹੀਂ ਦਿੰਦਾ ਇੱਕ ਵਾਰ ਕੁੜੀ ਦਾ ਨੰਬਰ ਮਿਲ ਜਾ ਸਹੀ ਬਸ ਫਿਰ ਕਿਸੇ ਨਾ ਕਿਸੇ ਤਰੀਕੇ ਤੰਗ ਕਰਨਾ ਇਹ ਹਾਲ ਆ ਪੰਜਾਬੀ ਇੰਡਸਟਰੀ ਦਾ ਪੰਜਾਬੀ ਮੂਵੀਜ਼ ਦੇ ਇਦਾਂ ਦੇ ਡਾਇਰੈਕਟਰ ਪ੍ਰੋਡਿਊਸਰ ਸ਼ੇਮ ਔਨ ਯੂ ਲਾਈਵ ਹੋ ਕੇ ਬੋਲਣਾ ਸੀ ਬਟ ਤੁਸੀਂ ਵੀ ਲਾਈਵ ਚ ਨੈਗੇਟਿਵਿਟੀ ਲੱਭਣੀ ਆ ਅਗਲੀ ਸਟੋਰੀ ਚ ਲਿਖਦਾ ਆਈ ਨੋ ਕਿੰਨੀ ਸਟਰਗਲ ਆ ਕੇ ਕਿੰਨੀ ਮਿਹਨਤ ਕਰਕੇ ਲੋਗ ਇਥੋਂ ਤੱਕ ਆਉਂਦੇ ਵਾ ਹਰ ਕੋਈ ਗਲਤ ਨਹੀਂ ਹੁੰਦਾ ਘਰ ਛੱਡ ਕੇ ਮਾਂ ਪਿਓ ਛੱਡ ਕੇ ਆਉਣਾ ਇਕੱਲੇ ਰਹਿਣਾ ਕੋਈ ਸੌਖੀ ਗੱਲ ਨਹੀਂ ਬਟ ਅੱਗੋਂ ਇਦਾਂ ਦੇ ਬਾਂਦਰ ਟੱਕਰ ਜਾਂਦੇ ਆ ਕਿ ਇਹਨਾਂ ਕਰਕੇ ਮਾਂ ਪਿਓ ਡਰਦੇ ਆ ਮੈਂ ਵੀ ਗਲਤ ਹੋਊਂਗਾ ਪਰਫੈਕਟ ਮਮੀ ਨਹੀਂ ਮੈਨੂੰ ਜੋ ਗਲਤ ਲੱਗਿਆ ਉਹ ਗਲਤ ਵਾ ਜੇ ਮੈਂ ਵੀ ਨਾ ਬੋਲਿਆ ਤਾਂ ਮਮੀ ਨ ਮਰਦਾਂ ਵਿੱਚੋਂ ਬਾਕੀ ਲਾਈਫ ਸਭ ਦੀ ਆਪਣੀ ਵਾਂ ਬਟ ਕਿਸੇ ਨੂੰ ਕੰਮ ਦਾ ਲਾਲਚ ਦੇ ਕੇ ਉਹਦਾ ਨਜਾਇਜ਼ ਫਾਇਦਾ ਚੱਕਣਾ ਸਿਰੇ ਦੀ ਫੁੱਦੂ ਗੱਲ ਵਾ ਤੇ ਦੋਸਤੋ ਇਹ ਸੀ ਸਿੰਘੇ ਦਾ ਰਿਪਲਾਈ ਜਿਹੜਾ ਉਹਨੇ ਪੰਜਾਬੀ 뮤직 ਇੰਡਸਟਰੀ ਦੇ ਵੀਡੀਓ ਡਾਇਰੈਕਟਰ ਮੂਵੀ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਕੀਤਾ ਵਾ ਅਗਰ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅਗਰ ਇਹ ਸੰਗੀਤ ਦਾ ਰਪਲਾਈ ਸਹੀ ਲੱਗਾ ਵਾ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਲਾਜ਼ਮੀ ਦੋ ਤੇ ਹੋਰ ਜੀਆਂ ਪੰਜਾਬੀ 뮤직 ਇੰਡਸਟਰੀ ਨਾਲ ਜੁੜੀਆਂ ਲੇਟੈਸਟ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ ਸੋ ਮੱਚ ਮਿਲਦੇ ਹਾਂ ਦੋਸਤੋ ਇੱਕ ਨਵੀਂ ਵੀਡੀਓ ਨਾਲ